ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਗਤਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦਾ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹੋਇਆ ਵਾਂ। ਅੱਜ ਦੀ ਗੱਲ ਦੇ ਨਾਲ ਮੈਂ ਇੱਕ ਮੁਹਾਇਦਾ ਯਾਦ ਆ ਗਿਆ ਮੈਨੂੰ। ਮੈਂ ਜਦੋਂ ਕਿਤਾਬ ਪੜ੍ਹਨਾ ਪਿਆ ਸਾਂ ਤੇ ਮੈਂ ਕਾਇਦੇ ਆਜ਼ਮ ਉਹਨਾਂ ਦਾ ਇੱਕ ਮੁਹਾਇਦਾ ਜਿਹੜਾ ਦੀਵਾਨ ਬਹਾਦਰ ਐਸ ਪੀ ਸਿੰਘਾ ਸਾਹਿਬ ਨਾਲ ਹੋਇਆ, ਮੈਂ ਇਸ ਗੱਲ ਨੂੰ ਸੋਚ ਕੇ ਤੇ ਮੈਂ ਤੁਹਾਡੇ ਸਾਹਮਣੇ ਉਸ ਮੁਹਾਇਦੇ ਨੂੰ ਰੱਖਣਾ ਚਾਹੁੰਦਾ। ਮੁਹੰਮਦ ਅਲੀ ਜਿਨਾ ਕਾਇਦੇ ਆਜ਼ਮ ਸਾਹਿਬ ਨੇ ਇੱਕ ਚੰਦ ਗੱਲਾਂ ਆਖੀਆਂ, ਉਹ ਇੱਕ ਮੁਹਾਇਦਾ ਸੀ ਮਸੀਹੀ ਕੌਮ ਨਾਲ। ਕੀ ਆਖਿਆ? ਆਖਿਆ ਦੀਵਾਨ ਬਹਾਦਰ ਐਸ ਪੀ ਸਿੰਘਾ ਨੂੰ, ਆਖਿਆ ਤੁਸੀਂ ਸਾਡੇ ਨਾਲ ਪਾਕਿਸਤਾਨ ਬਣਾਉਣ ਚ ਮੁਸਲਿਮ ਲੀਗ ਦਾ ਸਾਥ ਦਵੋ ਤੇ ਤੁਹਾਡੇ ਨਾਲ ਇੱਕ ਵਾਅਦਾ ਕਰਨੇ ਆ, ਕਿਆਮੇ ਪਾਕਿਸਤਾਨ ਤੋਂ ਬਾਅਦ ਮੁਸਲਮਾਨ ਕੌਮ ਜਿਹੜੀ ਏ ਉਹ ਮਸੀਹਾ ਦੀ ਅਹਿਸਾਨਮੰਦ ਹੋਏਗੀ ਕਿ ਉਹਨਾਂ ਨੇ ਪਾਕਿਸਤਾਨ ਬਣਨ ਚ ਸਾਡਾ ਸਾਥ ਦਿੱਤਾ। ਔਰ ਇਸ ਗੱਲ ਨੂੰ ਅਸੀਂ ਜ਼ਿੰਦਗੀ ਭਰ ਕਦੀ ਵੀ ਨਹੀਂ ਭੁੱਲਾਂਗੇ। ਇੱਕ ਗੱਲ ਹੋਰ ਉਹਨਾਂ ਨੇ ਬਾਅਦ ਵਿੱਚ ਕਹੀ ਕਿ ਮੈਂ ਬੜੀ ਵੱਡੀ ਪੇਸ਼ਨਗੋਈ ਕਰਨਾ ਪਿਆ ਵਾਂ ਕਿ ਮਸੀਹੀ ਇੱਕ ਵਕਤ ਆਏਗਾ, ਇਸ ਘੜੀ ਨੂੰ ਯਾਦ ਕਰਕੇ ਮੁਬਾਰਕ ਕਹਿਣਗੇ ਕਿ ਉਹ ਕਿੱਡਾ ਚੰਗਾ ਵੇਲਾ ਸੀ ਅਸੀਂ ਹਿੰਦੁਸਤਾਨ ਨੂੰ ਛੱਡ ਕੇ ਤੇ ਪਾਕਿਸਤਾਨ 'ਚ ਆਏ। ਲੇਕਿਨ ਮੈਂ ਅਗਲੀ ਗੱਲ ਵੀ ਕਰਨਾ ਚਾਹੁੰਦਾ ਕਿ ਇਹ ਗੱਲ ਕਹੀ ਕਦੋਂ। ਮੈਂ ਉਹ ਡੇਟ ਦੱਸਣਾ ਚਾਹੁੰਦਾ ਤੁਹਾਨੂੰ ਜਦੋਂ ਮੁਹੰਮਦ ਅਲੀ ਜਿਨਾ ਕਾਇਦੇ ਆਜ਼ਮ ਉਹਨਾਂ ਨੇ ਇੱਕ ਜਿਹੜੀ ਤਕਰੀਰ ਕਹੀ, ਜਿਹੜਾ ਮੁਹਾਇਦਾ ਦੀਵਾਨ ਬਹਾਦਰ ਐਸ ਪੀ ਸਿੰਘਾ ਨੇ ਕੀਤਾ, ਉਹ ਡੇਟ ਦੱਸਣ ਲੱਗਾ ਵਾ। ਉਹ ਡੇਟ ਸੀ 20 ਨਵੰਬਰ 1942 ਚ। ਅਸਾਂ ਭਰਪੂਰ ਤਰੀਕੇ ਨਾਲ ਵੋਟ ਦਿੱਤਾ, ਪਾਕਿਸਤਾਨ ਮਾਦਰੇ ਵਜੂਦ ਚ ਆ ਗਿਆ। ਮਾਦਰੇ ਵਜੂਦ ਚ ਬਣਨ ਤੋਂ ਫੌਰਨ ਬਾਅਦ ਉਹ ਨਰਮਾ ਸਲੂਕ ਹੋ ਗਿਆ ਸਾਡੇ ਨਾਲ ਤੇ ਦੀਵਾਨ ਬਹਾਦਰ ਐਸ ਪੀ ਸਿੰਘਾ ਉਹਨਾਂ ਨੇ ਜਿਹੜੀ ਤਕਰੀਰ ਕੀਤੀ ਉਹ ਸੀ 22 ਮਾਰਚ 1948। ਉਹਨਾਂ ਨੇ ਆਖਿਆ ਇਸਲਾਮ ਦਾ ਅਦਲ, ਮੈਂ ਕਹਿੰਦਾ ਅਦਲ ਨਹੀਂ ਬਲਕਿ ਅਦਲ ਦੇ ਉੱਤੇ ਅਹਿਸਾਨ ਹੈ। ਅਸਾਂ ਇਸਲਾਮ ਦੀ ਉਹ ਸੱਚਾਈ ਦੇ ਉੱਤੇ ਜੋ ਕਾਇਦੇ ਆਜ਼ਮ ਨੇ ਸਾਡੇ ਨਾਲ ਵਾਅਦਾ ਕੀਤਾ ਸੀ, ਅਸੀਂ ਪਾਕਿਸਤਾਨੀ ਬਣਨ ਲਈ ਅਸੀਂ ਵੋਟ ਦੇ ਦਿੱਤੇ, ਅਸੀਂ ਸ਼ਾਮਲ ਹੋ ਗਏ। ਲੇਕਿਨ ਜਿਹੜਾ ਰਵੱਈਆ ਇਹ 1948 ਚ ਦੀਵਾਨ ਬਹਾਦਰ ਐਸ ਪੀ ਸਿੰਘਾ ਕਹਿ ਰਹੇ ਨੇ, ਜਿਹੜਾ ਰਵੱਈਆ ਸਾਡੇ ਨਾਲ ਸ਼ੁਰੂ ਹੋ ਗਿਆ, ਇਹਨੂੰ ਬਿਆਨ ਕਰਨ ਲੱਗਿਆ ਮੇਰੇ ਕੋਲ ਅਲਫਾਜ਼ ਨਹੀਂ ਹੈਗੇ। ਉਹ ਸ਼ੀਸ਼ਾ ਜਿਹੜਾ ਸਾਨੂੰ ਵਹਾਇਆ ਗਿਆ ਉਹ ਧੁੰਦਲਾ ਹੋ ਗਿਆ। ਇਹ ਕਿਹਨੇ ਆਖਿਆ? ਦੀਵਾਨ ਬਹਾਦਰ ਐਸ ਪੀ ਸਿੰਘਾ। ਮੇਰੇ ਅਜ਼ੀਜ਼ੋ, ਮੈਂ ਅੱਜ ਤਮਾਮ ਲੋਕਾਂ ਨਾਲ ਮੁਖਾਤਬ ਹਾਂ, ਕਿਆ ਇਹ ਸਾਨੂੰ ਸਿਰਾ ਮਿਲਿਆ ਕਿ ਸਾਨੂੰ ਇੰਤਹਾ ਤੋਂ ਜ਼ਿਆਦਾ ਪਾਕਿਸਤਾਨ ਦੇ ਅੰਦਰ ਜ਼ਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ? ਮੈਂ ਇੱਕ ਖਾਸ ਮੁੱਦਾ ਬਿਆਨ ਕਰਨਾ ਚਾਹ ਰਿਹਾ। ਇਹ ਮੁੱਦਾ ਬੜਾ ਹਸਾਸਤਰੀਨ ਮੁੱਦਾ ਹੈ, ਦਿਲ ਨੂੰ ਦਰਦ ਹੋ ਰਿਹਾ ਹੈ। ਕਿਉਂ? ਰਾਤੀ ਸਾਡੇ ਇੱਕ ਪਾਸਟਰ ਅਲੀ ਅਜ਼ਹਰ ਅਲਮਰੂਫ ਪਾਸਟਰ ਵਿੱਕੀ, ਜਿਨ੍ਹਾਂ ਤੇ ਰਾਤ ਨੂੰ ਕਾਤਲਾਨਾ ਹਮਲਾ ਹੋਇਆ ਔਰ ਇਸ ਤਰੀਕੇ ਨਾਲ ਉਹ ਫਾਇਰ ਕੀਤਾ ਗਿਆ ਕਿ ਉਹ ਜਾਨਲੇਵਾ ਹਮਲਾ ਸੀ। ਉਹਨਾਂ ਦੇ ਇਸ ਫਾਇਰ ਦੇ ਨਾਲ ਅਸੀਂ ਖੁਦਾ ਦਾ ਸ਼ੁਕਰ ਕਰ ਰਹੇ ਹਾਂ ਕਿ ਉਹ ਮਹਿਫੂਜ਼ ਰਹੇ। ਲੇਕਿਨ ਮੈਂ ਇਹਦੇ ਨਾਲ ਹਾਕਮੇ ਆਲਾ DIG ਪੰਜਾਬ ਸਾਹਿਬ ਨਾਲ, ਮੁਕਾਮੀ ਪੁਲਿਸ
स्टेशन दे नाल मुखातब होना चाहना। मैं उन्होंने कहना चाहना, जनाब तुसी जानते हो कि 28 अगस्त को जिस वक्त सुबह 4:30 तो लैके असी देने 4:45 दे दरमियान जो पास साहब सुबह की इबादत दी जमा हुए सन, तो उस दौरान किसी नामालूम शख्स ने वॉल चौकिंग की थी और उस तो फौरन बाद किसी ने आके पास्टर साहब ने इतला दी कि पास्टर जी चर्च की दीवार उत्ते अरबी दे चंद अल्फाज लिखे ने, क्योंकि तो वह बच्ची ने पता नहीं सी की है। जिस वक्त पास्टर जी ने आन के बाहर देखा, उन्होंने फौरन 15 ते कॉल की थी। पुलिस जरूर हरकत आई, उन्होंने मौके से आन के उस वॉल चौकिंग नू खुद अपने हाथों नाल खत्म किया। लेकिन इथे जनाब डीआईजी साहब, मुकामी पुलिस एसएचओ साहब, तुसा पास साहब की उस गल ते गौर नहीं सी कीता। उन्होंने कहा मैं चाहना कि इन्हें नाम मालूम अफराद उत्ते एफआईआर दी जाए, लेकिन तुसा उन्हां दी गल नूं इग्नोर कर दिता। असी एक मुतालबा तुहाडे अगे रखना चाहते हैं, वह मुतालबा यह ने, इस तो पहला कि जनाब जिहड़ा भी कोई इलाका होवे उत्थे नफरत फैल जाए, मेहरबानी करके उत्थे पहला नफरी भेज दिया करो, ताकि ऐसे बड़े बड़े जिहड़े वाकियात रूनवाउंदे ने उह ना हो सकन। मैं पिछली दफा भी एक गल की थी, मैं बड़े अल्फाज नाल कहना चाहना, असी पाकिस्तान के अंदर रह के कदे भी कुरान पाक की बेहरमती नहीं कर सकते। मैं पिछली दफा भी आख्या, मेरे नजात हिंदा का कई मरतबा कुरान पाक के अंदर जिक्र खास आया है। लेकिन बावजूद असी इन्हें कहते, मैनू नहीं पता कि क्यों इंज के वाकियात रोनमा रहे ने। अज पास्टर अली अजहर अलमारू विक्की साहब तो है, उस बाद किनू टारगेट किया जाता है असी नहीं जानते। लेकिन मैं पहला आख्या मुहायदे जिस वक्त पाकिस्तान नाल बनन दे विच कीते गए, उन्हां चों कोई मुहायदा साडे नाल पूरा नहीं हो सकिया। इसे तो दीवान बहादुर एस पी सिंगा ने कहा कि जिहड़ा रवैया मैं वेखना पिया वा, इहदा बयान मेरे कोलों होना नामुमकिन है, क्योंकि जो वादे कीते गए वो एक भी वादा पूरा नहीं किया गया। मैं अपने जो मुसलमान भैन भाई ने उन्होंने भी कहना चाहना, असी जिंदी दी तस्वीर तुसी देखदे हो अपने कोल उंज दे असी नहीं हैगे, असी अमन दे बानी आ, ते सानू ते हुक्म ही दित्ता गया है कि जिस मुल्क च रहिंदे हो उस मुल्क दी खैर खाई चाहो। गो के ए मुल्क नफरत बुगस तो बचाने वास्ते एक अलहदा मुल्क पाकिस्तान बनाया गया। असी तुहानू कहिंदे आ इस तो पहला कि मजीद जिहड़े वाकियात होण, असी तुहानू बार बार यह गल कह रहे हैं कभी भी कुरान पाक की बेहरमती नहीं कर सकते। और मैं हकमियां अगे एक गल करना चाह रहा कि असी खास तौर पर पासे विकी दे इस गल वाल मैं इस तो तुहानू बार बार लियाना चाह रहा कि अगर बावत बर वक्त FIR कटी जाती, उहदे ते गौरव गौस किया जाता, शायद ये हालात ना दे। लेकिन तुसें FIR कटी जरूर, लेकिन बहुत लेट कटी, जिहदी वजह तो यह वाकया रोनमा हो गया।
मैं एक कहांगा कि उस शख्स ने, उस सिपाही ने जिस वक्त वो वापस अपने कार नू आ रहे ने उन्होंने फायरिंग तो पहला पास जी को मजबूर किया कि तू कलमा पढ़। इंज नहीं, मुहब्बत जारी दी है सानू बाइबल च सिखाया गया नरम जबान हड्डी में तोड़ दें दी है। मुहब्बत नाल असी दूजा जित सकने। इस तो मैं कहांगा अपने अंदर की नफरत नू खत्म करो ना के मुहब्बत नू, मुहब्बत जगाओ नफरत अपने आप खत्म हो जाएगी। खास तौर पर साढ़े एक भाई अकमल भट्टी जेडे के मिनोरिटी अलायंस पाकिस्तान के चेयरमैन, उन्होंने जिस वक्त 28 अगस्त में वाकया हो रहा है उन्होंने बारहा बारहा साढ़े बहुत सारे लोगों ने भी यह आख्या कि पास्टर विकी साहब को सिक्योरिटी मुहैया की जाए, उन्होंने सिक्योरिटी दी जाए, लेकिन सिक्योरिटी ना देने की वजह तो भी ऐसे वाकयात होंगे ने। ताड़े के मिन्नत कर लिया कि साड़िया गलों पर गौर कर लिया करो। जो भी कोई ऐसा वाकया होंगे जिम्मे मैं पहला आके है इस तो पहला कि उत्थे नफरत पहुंचन नफरी पहुंचा दिया करो ताकि ना खुशगवार जोड़े वाकयात होंगे ने उन्हों तो असी बच सकी। मैं दोबारा एक गल करना चाहना अपने मुसलमान भैन भाई अगे यार मुहब्बत जगा लीए वेखो नफरत किंज खत्म होंदिया ने। असी मुहब्बत ही एक दूजे को जितन लई जंग शुरू कर दईए ताकि पाकिस्तान दुनिया के अंदर खुशगवार खुशनुमा ते ऐसा मुल्क कि दुनिया इंदी तारीफ करे। पाकिस्तान जिंदाबाद। आज दे अपने इस प्रोग्राम अज दी गल दे नाल अपने प्रोग्राम का मैं इख्तिताम करना। खुदा सब नूं बरकत देवे।